ਦੋਸਤੋ ਸਵਾਗਤ ਹੈ ਤੁਹਾਡਾ ਪੰਜਾਬ ਨਾਵਾ ਦੇ ਇਸ ਅੰਕ ਵਿੱਚ ਮੈਂ ਗੁਰਮਿੰਦਰ ਸਿੰਘ ਸਮਦ ਤੇ ਅੱਜ ਬੜੀ ਜ਼ਰੂਰੀ ਗੱਲ ਕਰਨੀ ਆ ਸਾਡੇ ਸਿੱਖਾਂ ਦੇ ਗੁਰਦੁਆਰਿਆਂ 'ਚ ਵਰਤਦੇ ਲੰਗਰ ਦੀਆਂ ਬਾਲਟੀਆਂ ਦੇ ਵਿੱਚ ਮੀਟ ਦੀਆਂ ਬੋਟੀਆਂ ਦਾ ਲੱਭ ਜਾਣਾ ਲੰਗਰ ਦੇ ਵਿੱਚ ਮਾਸ ਦਾ ਪਹੁੰਚ ਜਾਣਾ ਬੜਾ ਜ਼ਰੂਰੀ ਵਿਸ਼ਾ ਸੰਵੇਦਨਸ਼ੀਲ ਵਿਸ਼ਾ ਅੱਜ ਇਸ ਤੇ ਗੱਲ ਕਰਾਂਗੇ ਗੱਲ ਸ਼ੁਰੂ ਕਰਦੇ ਆਂ ਸੂਤਰਾਂ ਦੇ ਹਵਾਲੇ ਨਾਲ ਅਖਰੋ ਜਾਂ ਪੁਲਿਸ ਦੇ ਹਵਾਲੇ ਨਾਲ ਅਖਰੋ ਗੁਰੂ ਦਵਰਾ ਆਲਮਗੀਰ ਸਾਹਿਬ ਦੇ ਵਿੱਚ 23 ਅਗਸਤ ਦੀ ਰਾਤ ਨੂੰ 9 ਵਜੇ ਇੱਕ ਬੰਦਾ ਆਪਣੇ ਨਾਲ मीट ਬਣਿਆ ਹੋਇਆ ਲੈ ਕੇ ਆਉਂਦਾ ਲੰਗਰ ਹਾਲ ਦੇ ਵਿੱਚ ਆ ਕੇ ਬੈਠਦਾ ਜਦੋਂ ਉਸ ਨੂੰ ਸੇਵਾਦਾਰ ਜੋ ਲਾਂਗਰੀ ਆਖ ਲੋ ਜਾਂ ਲੰਗਰ ਦੀ ਸੇਵਾ ਕਰਦੇ ਸਰਦਾਰ ਤੇਜਿੰਦਰ ਸਿੰਘ ਹੱਥ ਵਿੱਚ ਬਾਲਟੀ ਲੈ ਕੇ ਕੜਚੀ ਉਸਤੇ ਭਾਂਡੇ ਵਿੱਚ ਦਾਲ ਦੀ ਪਾਉਣ ਲੱਗਦੇ ਨੇ ਤਾਂ ਇਸ ਤੋਂ ਪਹਿਲਾਂ ਕਿ ਉਹ ਦਾਲ ਪਾਉਂਦੇ ਉਸ ਬੰਦੇ ਨੇ ਜਿਸ ਦਾ ਨਾਮ ਬਲਜੀਤ ਸਿੰਘ ਦੱਸਿਆ ਜਾਂਦਾ ਤੇ ਪਿੰਡ ਵੀ ਉਸ ਦਾ ਅਮਲੋਹ ਦੇ ਨੇੜੇ ਦਾ ਖੰਨੇ ਦੇ ਨੇੜੇ ਦਾ ਖੰਨਾ ਪੈਂਦਾ ਹੈਗਾ ਤੇ ਉਹਦੇ ਨੇੜੇ ਦਾ ਦੱਸਿਆ ਜਾਂਦਾ ਹੈਗਾ ਉਹ ਆਪਣੇ ਨਾਲ ਲਿਆਉਂਦੀ ਹੋਈ ਸਬਜ਼ੀ ਬਾਲਟੀ ਦੇ ਵਿੱਚ ਉਡੇਲ ਦਿੰਦਾ ਜਦੋਂ ਤਜਿੰਦਰ ਸਿੰਘ ਦੁਬਾਰਾ ਕੜਛੀ ਘਮਾਉਂਦਾ ਤਾਂ ਕੜਛੀ ਘਮਾਉਂਦੇ ਉਹ ਕੀ ਦੇਖਦਾ ਕਿ ਲੰਗਰ ਦੀ ਉਹ ਸੁੱਚੀ ਬਾਲਟੀ ਦੇ ਵਿੱਚ ਗੁਰੂ ਨਾਨਕ ਸਾਹਿਬ ਦੇ ਲੰਗਰ ਦੀ ਉਹ ਬਾਲਟੀ ਦੇ ਵਿੱਚ ਜਿਸ ਵਿੱਚ ਸਾਦਾ ਭੋਜਨ ਦਾਲ ਪਰੋਸੇ ਜਾ ਰਹੀ ਸੀ ਉਹਦੇ ਵਿੱਚ ਇਸ ਵੇਲੇ ਉਸ ਸੁੱਚੀ ਦਾਲ ਦੇ ਵਿੱਚ ਰੰਨੇ ਹੋਏ ਮੀਟ ਦੀਆਂ ਬੋਟੀਆਂ ਤੈਰ ਰਹੀਆਂ ਇਹ ਹਾਲ ਗੁਰਦੁਆਰਾ ਮੰਜੀ ਸਾਹਿਬ ਆਲਮਗੀਰ ਦੇ ਲੰਗਰ ਹਾਲ ਦਾ ਹੋ ਜਾਂਦਾ ਰਾਤ ਨੂੰ 9 ਵਜੇ 23 ਅਗਸਤ ਦੀ ਸ਼ਾਮ ਨੂੰ ਲੰਗਰ ਹਾਲ ਵਿੱਚ ਖਾਣ ਵਾਲੇ ਵੀ ਕੋਈ ਇਕਾ ਦੁੱਕਾ ਹੀ ਨਹੀਂ ਬਹੁਤ ਘੱਟ ਲੋਕ ਉਸ ਵੇਲੇ ਉੱਥੇ ਬੈਠੇ ਨੇ ਪਰ ਜਦੋਂ ਰੌਲਾ ਪੈ ਜਾਂਦਾ ਤਾਂ ਗੁਰਦੁਆਰੇ ਦਾ ਮੈਨੇਜਰ ਜਹਾਂ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਓਡੇ ਵੱਡੇ ਗੁਰਦੁਆਰੇ ਵਿੱਚ ਮੈਨੇਜਰ ਹੀ ਤਾਇਨਾਤ ਨਹੀਂ ਕੀਤਾ ਹੋਇਆ ਜੇ ਹੈ ਤਾਂ ਮੈਨੇਜਰ ਉਸ ਵੇਲੇ ਗੁਰਦੁਆਰੇ ਦੀ ਪ੍ਰਕਰਮਾ ਦੇ ਵਿੱਚ ਜਾਂ ਹਦੂਦ ਦੇ ਵਿੱਚ ਨਹੀਂ ਸੀ ਉਸ ਵੇਲੇ ਐਡੀਸ਼ਨਲ ਮੈਨੇਜਰ ਹਰਦੀਪ ਸਿੰਘ ਲੰਗਰ ਇੰਚਾਰਜ ਬਲਜੀਤ ਹਾਂ ਲੰਗਰ ਇੰਚਾਰ ਬਲਜੀਤ ਸਿੰਘ ਨੌਂਦੇ ਨੇ ਤੇ ਦੋਸ਼ੀ ਬਲਬੀਰ ਸਿੰਘ ਨੂੰ ਆ ਕੇ ਮੌਕੇ ਤੇ ਫੜ ਲਿਆ ਉਹ ਵੀ ਆ ਕੇ ਇੱਕ ਵਾਰ ਤਫਤੀਸ਼ ਤੱਕ ਕਰਦੇ ਨੇ ਕਿ ਬਾਲਟੀ ਵਿੱਚ ਬੋਟੀਆਂ ਹੈਗੀਆਂ ਜਾਂ ਤੇਜਿੰਦਰ ਨਾ ਮਾਲੂਮ ਗੱਲ ਕਰ ਰਿਹਾ ਪਰ ਜਦੋਂ ਉਹ ਦੇਖ ਲੈਂਦੇ ਨੇ ਤਾਂ ਪੁਲਿਸ ਨੂੰ ਇਤਲਾਾ ਕਰਦੇ ਨੇ ਤੇ ਆਪਣੇ ਹੈੱਡ ਆਫਿਸ ਅੰਮ੍ਰਿਤਸਰ ਸਾਹਿਬ ਵੀ ਇਤਲਾਾ ਕਰਦੇ ਨੇ ਪੁਲਿਸ ਤੋਂ ਬੰਦਾ ਆ ਜਾਂਦਾ ਹੈਗਾ ਜਿਹੜੀ ਐਫ ਆਈ ਆਰ ਹੈਗੀ ਆ ਐਫ ਆਈ ਆਰ ਦੇ ਮੁਤਾਬਕ ਜਿਹੜਾ ਬੰਦਾ ਉੱਥੇ ਪਹੁੰਚਦਾ ਉਹ ਏਐਸਆਈ ਹੈਗਾ ਕਿਉਂਕਿ ਇਸ ਇੰਨੇ ਵੱਡੇ ਵੈਸੇ ਮਾਮਲੇ ਵਿੱਚ ਸਿਰਫ ਏਐਸਆਈ ਨੂੰ ਭੇਜਣਾ ਵੀ ਪੁਲਿਸ ਦੀ ਕਤਾਹੀ ਆ ਘੱਟੋ ਘੱਟ ਇੰਸਪੈਕਟਰ ਪੱਧਰ ਦਾ ਬੰਦਾ ਜਾਣਾ ਚਾਹੀਦਾ ਸੀ ਸਬ ਇੰਸਪੈਕਟਰ ਲੈਵਲ ਦਾ ਪਰ ਏਐਸਆਈ ਨੂੰ ਭੇਜ ਦਿੰਦੇ ਨੇ ਉਹ ਬੰਦੇ ਨੂੰ ਫੜ ਦਿੰਦੇ ਨੇ ਤੇ 298 ਦਾ ਪਰਚਾ ਕਰ ਦਿੰਦੇ ਨੇ ਨਵੀਆਂ ਧਾਰਾਵਾਂ ਦੇ ਵਿੱਚ 298 ਲੱਗ ਰਹੀ ਹੈ ਹਰਾਨੀ ਦੀ ਗੱਲ ਇਹ ਆ ਕਿ ਮੈਂ 23 ਅਗਸਤ ਦੀ ਗੱਲ ਕਰ ਰਿਹਾ ਤੇ ਅੱਜ 27 ਹੈ ਤੇ ਖਬਰ ਕਦੋਂ ਬਾਹਰ ਆਈ ਹੈ 26 ਤਰੀਕ ਦੀ ਸ਼ਾਮ ਨੂੰ 24 ਦਾ ਦਿਨ 25 ਦਾ ਦਿਨ 26 ਦਾ ਦਿਨ 25 ਦੀ ਰਾਤ 24 ਦੀ ਰਾਤ ਇਹ ਪੰਜ ਵੱਡੇ ਸਮੇਂ ਲੰਘੇ ਨੇ ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕੋਈ ਐਕਸ਼ਨ ਲੈਣਾ ਸੀ ਨਾ ਤਾਂ ਕੋਈ ਟਵੀਟ ਨਾ ਕੋਈ ਕੁਝ ਹੋਰ ਨਾ ਕੋਈ ਸ਼ਿਕਾਇਤ ਕੁਝ ਵੀ ਨਹੀਂ ਕੀਤਾ ਗਿਆ ਸੰਗਤ ਨੂੰ ਤਾਂ ਤੁਸੀਂ ਕੌਨਫੀਡੈਂਸ ਵਿੱਚ ਲੈਣਾ ਸੀ ਸੰਗਤ ਨੂੰ ਵੀ ਕੌਨਫੀਡੈਂਸ ਵਿੱਚ ਨਹੀਂ ਲਿਆ ਸਭ ਤੋਂ ਰੋਸ ਦੀ ਗੱਲ ਇਹ ਹੈ ਕਿ ਐਨੇ ਵੱਡੀ ਖਬਰ ਨੂੰ ਸੰਗਤ ਤੋਂ ਲੁਕਾਉਣ ਦਾ ਮਤਲਬ ਕੀ ਸੀ ਕਿ ਤੁਸੀਂ ਆਪਣੇ ਆਕਾਵਾਂ ਤੋਂ ਇਜਾਜ਼ਤ ਲੈਣੀ ਸੀ ਕਿ ਮੇਰੇ ਆਕਾ ਇਹ ਕੰਮ ਹੋ ਗਿਆ ਤੇ ਹੁਣ ਕੀ ਕਰੀਏ ਮੈਨੂੰ ਤੇ ਹੋਰ ਸ਼ੰਕਾ ਨਜ਼ਰ ਆ ਰਹੀ ਹੈ ਕਿ ਇਹ ਕੰਮ ਨਿਰੰਤਰ ਚੱਲ ਰਿਹਾ ਹੋਏ ਇਸ ਤਰ੍ਹਾਂ ਦੀਆਂ ਘਟਨਾਵਾਂ ਪਹਿਲਾਂ ਵੀ ਹੋਈਆਂ ਹੋਣਗੀਆਂ ਪਰ ਅੱਜ ਕਿਹੜੀ ਮਜਬੂਰੀ ਆ ਗਈ ਜੋ ਇਹਨਾਂ ਨੂੰ ਦੱਸਣਾ ਪੈ ਰਿਹਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦੋ ਮੈਂਬਰ ਸਹਿਰਬਾਨ ਆਉਂਦੇ ਨੇ ਤੇ 26 ਤਰੀਕ ਨੂੰ ਆਨੰਦ ਫਾਨਨ ਦੇ ਵਿੱਚ ਇੱਕ ਪ੍ਰੈਸ ਕਾਨਫਰੰਸ ਕਰਦੇ ਨੇ ਪਰ ਆਪਣੇ ਕੋਲ ਤਾਂ ਖਬਰ ਪਹਿਲਾਂ ਪਹੁੰਚ ਚੁੱਕੀ ਸੀ ਮੈਂ ਸਿਰਫ ਇਹੀ ਦੇਖ ਰਿਹਾ ਸੀ ਕਿ ਇਹ ਪ੍ਰੈਸ ਕਾਨਫਰੰਸ ਕਦੋਂ ਕਰਦੇ ਨੇ ਖਾਲਸਾ ਜੀ 72 ਘੰਟੇ ਤੋਂ ਵੀ ਜ਼ਿਆਦਾ ਸਮਾਂ ਲੈ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜੋ ਸਾਡੇ ਧਰਮ ਦੀ ਸੰਸਥਾਵਾਂ ਦੀ ਰਾਖੀ ਲਈ ਉਹਨਾਂ ਦੀ ਸਾਂਝ ਸੰਭਾਲ ਦੇ ਲਈ ਜ਼ਿੰਮੇਵਾਰ ਉਹਨੂੰ ਖਾਲਸੇ ਨੇ ਜ਼ਿੰਮੇਵਾਰ ਬਣਾਇਆ ਅੰਗਰੇਜ਼ਾਂ ਤੋਂ ਛੁਡਾ ਕੇ ਉਹ ਚਾਬੀਆਂ ਖਾਲਸੇ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਦਿੱਤੀਆਂ ਸੀ ਪਰ ਸ਼ਾਇਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਹ ਚਾਬੀਆਂ ਲੈ ਕੇ ਇਹ ਭੁੱਲ ਚੁੱਕੀ ਆ ਕਿ ਇਹ ਸਾਰੇ ਹਕੂਕ ਦਾ ਮਾਲਕ ਖਾਲਸਾ ਹੀ ਹੈ ਉਹ ਚਾਹੇ ਪ੍ਰਕਾਸ਼ ਸਿੰਘ ਬਾਦਲ ਹੋਵੇ ਗੁਰਚਰਨ ਸਿੰਘ ਟੋੜਾ ਹੋਵੇ ਬੀਬੀ ਜ਼ਗੀਰ ਕੌਰ ਹੋਣ ਜਾਂ ਸੁਖਬੀਰ ਸਿੰਘ ਬਾਦਲ ਹੋਵੇ ਤੇ ਜਾਂ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਹੋਵੇ ਇਹ ਖਾਲਸੇ ਦੇ ਨੌਕਰ ਨੇ ਸੇਵਾਦਾਰ ਨੇ ਖਾਲਸਾ ਮਾਲਕ ਹੈ ਖਾਲਸਾ ਗੁਰੂ ਦਾ ਖਾਲਸਾ ਇਹ ਗੱਲਾਂ ਬਾਰ ਬਾਰ ਭੁੱਲ ਰਹੇ ਨੇ ਅਸੀਂ ਗੱਲਾਂ ਬਾਰ ਬਾਰ ਯਾਦ ਕਰਵਾ ਰਹੇ ਹਾਂ ਉਹੀ ਆलमगीर ਸਾਹਿਬ ਗੁਰਦੁਆਰਾ ਨੇ ਮਨਜੀ ਸਾਹਿਬ ਜਿੱਥੇ ਪਿਛਲੇ ਸਾਲ ਸਾਡੇ ਪਿਆਰੇ ਮੇਰੇ ਛੋਟੇ ਭਰਾ ਮਰਹੂਮ ਮੈਂ ਤਾਂ ਸ਼ਹੀਦ ਹੀ ਕਹਿਣਾ ਹੁੰਦਾ ਉਹਨੂੰ ਪ੍ਰੀਤ ਸਿੰਘ ਸੈਣੀ ਨੇ ਸੋਨੇ ਦੇ ਕਲਸ਼ਤਾ ਚੋਰੀ ਹੋਣ ਦਾ ਮਾਮਲਾ ਚੱਕਿਆ ਸੀ ਤੇ ਮੈਨੇਜਰ ਨੇ ਉਹ ਇਤਲਾ ਪੁਲਿਸ ਨੂੰ ਦਿੱਤੀ ਹੋਈ ਸੀ ਇਹਨਾਂ ਨੇ ਕੀ ਕੀਤਾ ਸੀ ਐਡਵੋਕੇਟ ਧਾਮੀ ਇੱਕ ਹੌਲਾ ਜਾਂ ਸੋਨੇ ਦਾ ਕਲਸ਼ ਲੈ ਕੇ ਉੱਥੇ ਗੁਰਦੁਆਰੇ ਭੇਂਟ ਕਰਕੇ ਚਲਾ ਗਿਆ ਪਰ ਪਿੰਡ ਵਾਲੇ ਕਹਿੰਦੇ ਤੇ ਜਿਨ੍ਹਾਂ ਨੇ ਸੋਨਾ দান ਕੀਤਾ ਸੀ ਕਿ ਉਹ ਤਾਂ 18 ਸੇਰ ਸੋਨਾ ਸੀ ਤੇ ਇਹਨਾਂ ਨੇ 6 ਕਿਲੋ ਦਾ ਕਲਸ਼ ਦੇ ਕੇ ਬੁੱਤਾ ਸਾਰ ਲਿਆ ਔਰ ਜਿਹੜਾ ਉਹ ਸੋਨੇ ਦਾ ਕਲਸ਼ 18 ਸੇਰ ਦਾ ਸੀ ਉਹ ਕਿੱਥੇ ਗਾਇਬ ਹੋਇਆ ਉਹ ਅੱਜ ਤੱਕ ਕਾਰ ਸੇਵਾ ਵਾਲਾ ਬਾਬਾ ਨਾ ਦੱਸ ਸਕਿਆ ਨਾਕਾਰ ਸੇਵਾ ਵਾਲੇ ਬਾਬੇ ਦਾ ਸੇਵਕ ਹਰਜਿੰਦਰ ਸਿੰਘ ਧਾਮੀ ਦੱਸ ਸਕਿਆ ਕਿ ਉਹ ਕਿੱਥੇ ਗਏ ਨੇ سونے ਦੇ ਕਲਸ਼ ਇਹਨਾਂ ਨੇ ਐਡੇ ਹਾਲਾਤ ਮਾੜੇ ਕਰ ਦਿੱਤੇ ਨੇ ਕਿ 328 ਸਰੂਪਾਂ ਦੇ ਗਾਇਬ ਹੋਣ ਨੂੰ ਵੀ ਇਹ ਪੈਸਿਆਂ ਦੀ ਹੀਰਾ ਫੇਰੀ ਦੱਸ ਕੇ ਇੱਧਰ ਉੱਧਰ ਕਰਨਾ ਚਾਹੁੰਦੇ ਇਹੇ ਝੂਠ ਦੇ 2.5 ਕਰੋੜ ਰੁਪਏ ਨੂੰ ਵੀ ਇੱਧਰ ਉੱਧਰ ਕਰਕੇ ਹੀ ਆਪ ਵੀ ਝੂਠ ਖਾਣ ਦਾ ਹਿੱਸੇਦਾਰ ਬਣਨਾ ਚਾਹੁੰਦੇ ਪਰ ਖਾਲਸਾ ਜੀ ਤੁਸੀਂ ਮੁਸਤੈਦ ਰਹੋ ਅਸੀਂ ਵੀ ਮੁਸਤੈਦ ਆ ਕਿਉਂਕਿ ਇਹ ਜੀਆ ਘਟਨਾਵਾਂ ਸ਼੍ਰੋਮਣੀ ਕਮੇਟੀ ਨੇ ਪਰਦੇ ਦੇ ਵਿੱਚ ਰੱਖਣ ਲਈ ਨਿਤ ਦਿਹਾੜੇ ਕੋਸ਼ਿਸ਼ਾਂ ਕਰਨੀਆਂ ਨੇ ਤੇ ਅਸੀਂ ਉਹਨਾਂ ਦੇ ਉੱਪਰ ਧਾੜ ਵੀ ਬਣ ਕੇ ਇਹ ਜਾਂਚ ਕਰਕੇ ਇਹ ਪੁਖਤਾ ਜਾਣਕਾਰੀਆਂ ਤੁਹਾਡੇ ਸਾਹਮਣੇ ਕਰਨੀਆਂ ਨੇ ਕਿਉਂਕਿ ਪੁਖਤਾ ਇਸ ਕਰਕੇ ਕਹਿ ਰਿਹਾ ਕਿਉਂਕਿ ਆਪਣੇ ਕੋਲ ਇਸ ਐਫ ਆਈ ਆਰ ਦੀ ਕਾਪੀ ਮੌਜੂਦ ਹੈ ਜਿਹੜੀ ਥਾਣਾ ਡੇਲੋਂ ਦੇ ਵਿੱਚ ਐਫ ਆਈ ਆਰ ਜਮ੍ਹਾਂ ਹੋਈ ਆ ਨਾ ਉਹ ਆਪਣੇ ਕੋਲੇ ਮੌਜੂਦ ਆ ਇਹਦੇ ਤੇ ਐਫ ਆਈ ਆਰ ਨੰਬਰ 0095 ਤਰੀਕ 23 ਅਗਸਤ 24 ਤੇ ਸਮਾਂ ਰਾਤ ਦੇ 11:35 ਮਿੰਟ ਦਾ ਲਿਖਿਆ ਹੋਇਆ 298 ਦੇ ਵਿੱਚ ਲੱਗਿਆ ਤਫਾ ਤੇ ਪਰਚਾ ਜਿਹੜਾ ਹੋਇਆ ਉਹ 173 ਦੇ ਵਿੱਚ ਧਾਰਾ ਦੇ ਵਿੱਚ ਲਿਖਿਆ ਸੋ ਇਹ ਸੀ ਅੱਜ ਦੀ ਰਿਪੋਰਟ ਕਿ ਲੰਗਰ ਹਾਲ ਦੇ ਵਿੱਚ ਬੋਟੀਆਂ ਆ ਚੁੱਕੀਆਂ ਨੇ ਕਿੰਡੀ ਵੱਡੀ ਬੇਅਦਬੀ ਆ ਅੱਜ ਦੇਖ ਲੋ ਧੰਨਵਾਦ ਇਸੇ ਤਰ੍ਹਾਂ ਜੁੜੇ ਰਹੋ ਪੰਜਾਬ ਨਾਮਾ ਦੇ ਨਾਲ ਸਬਸਕ੍ਰਾਈਬ ਕਰੋ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ